ਸਾਰਿਆਂ ਨੂੰ। ਜਿਹੜੇ ਆਪਾਂ ਸੂਟ ਲੈ ਕੇ ਆਏ ਕਿ ਕਸਟਮਰ ਅਤੇ ਸੀਗੇ ਸਟਿਚਿੰਗ ਹੋਈ ਸੂਟ ਹੈਗੇ, ਵਰਕ ਹੋ ਕੇ ਸਟਿਚਿੰਗ ਹੋਈ ਇਹਨਾਂ ਦੀ, ਜਿਹੜਾ ਆਪਣੇ ਕੋਲ ਫਸਟ ਸੂਟ ਹੈਗਾ। ਇਹ ਬਹੁਤ ਸੋਹਣਾ ਨਿਊ ਸ਼ੇਡ ਹੈ, ਸਿਲਕ ਸਟੱਫ ਦੇ ਉੱਪਰ ਹੈ ਜਿਹੜਾ ਆਪਣੇ ਰੈਡੀ ਕੀਤਾ ਗਿਆ ਸੂਟ। ਇਸ ਤਰ੍ਹਾਂ ਦੇ ਨਾਲ ਡਾਰਕ ਬਰਾਊਨ ਜਿਹਾ ਸ਼ੇਡ ਆ ਗਿਆ, ਇਹ ਕੌਫੀ ਜਿਹਾ ਸ਼ੇਡ ਆ ਗਿਆ, ਬਹੁਤ ਸੋਹਣਾ ਇਹ ਹੈਗਾ ਕਲਰ ਹੈ ਜਿਹੜਾ। ਸਿਲਕ ਸਟੱਫ ਦੇ ਉੱਪਰ ਇਹ ਹੋਇਆ ਹੋਇਆ ਮਸ਼ੀਨ ਵਰਕ ਪੂਰੀ। ਇਸ ਤਰ੍ਹਾਂ ਦੇ ਨਾਲ ਜਿਹੜੀ ਇਹਦੀ ਹੈਗੀ ਆ ਬਾਜੂ ਹੈ, ਬਾਜੂ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਆਜੂਗਾ ਵਰਕ ਹੈ ਜਿਹੜਾ। ਸੇਮ ਥਰੈਡ ਲਗਾ ਕੇ ਇਸ ਤਰ੍ਹਾਂ ਉੱਪਰ ਕਲੀਆਂ ਆ ਜਾਣੀਆਂ ਨੀਚੇ ਘੇਰੇ ਤੋਂ ਲੈ ਕੇ। ਹੈਵੀ ਦੇ ਜਿਹੜਾ ਨੈੱਕ ਹੈਗਾ ਉਹ ਵੀ ਕਾਫੀ ਹੈਵੀ ਦੇ ਵਿੱਚ ਵਰਕ ਕੀਤਾ ਹੋਇਆ ਹੈਗਾ। ਜਿਹੜੀ ਇਹਦੇ ਨਾਲ ਬੋਟਮ ਹੈ ਜੀ, ਆਫ ਵਾਈਟ ਕਲਰ ਦੀ ਬੋਟਮ ਹੈ, ਬੋਟਮ ਦੇ ਉੱਪਰ ਜਿਹੜਾ ਹੈਗਾ ਸ਼ਰਟ ਨਾਲ ਦਾ ਕਲਰ ਲਗਾਇਆ ਹੋਇਆ ਹੈਗਾ। ਬਹੁਤ ਸੋਹਣਾ ਜਿਹੜਾ ਸੂਟ ਦੀ ਇਹ ਜਿਹੜੀ ਲੁੱਕ ਆ ਰਹੀ ਹੈਗੀ ਇਸ ਤਰ੍ਹਾਂ ਦੇ ਨਾਲ। ਜਿਹੜਾ ਆਪਣੇ ਕੋਲ ਸੈਕਿੰਡ ਸੂਟ ਹੈਗਾ ਉਹ ਵੀ ਕਸਟਮਰ ਦਾ ਸੀਗਾ, ਸੇਮ ਰੈਡੀ ਹੋਇਆ। ਬੋਟਮ ਹੈ ਜਿਹੜੀ ਇਹਦੀ ਸਿੰਪਲ ਰੱਖੀ ਹੋਈ ਆ ਪਾਕਿਸਤਾਨੀ ਸਟਾਈਲ। ਇਸ ਤਰ੍ਹਾਂ ਇਹ ਕੋਟਨ ਦੇ ਵਿੱਚ ਆਜੂਗਾ। ਇਹ ਸੂਟ ਪਹਿਲਾਂ ਵੀ ਕਾਫੀ ਬਣੇ ਹੈਗੇ, ਉੱਪਰ ਲੇਸ ਦਿੱਤੀ ਹੋਈ ਹੈ ਜਿਵੇਂ ਗੁਰਦੁਆਰਾ ਸਾਹਿਬ ਪਾਉਣ ਲਈ। ਸਿੰਪਲ ਜਿਹਾ ਸੂਟ ਹੈਗਾ, ਸਿਰਫ ਨੈੱਕ ਦੇ ਉੱਪਰ ਵਰਕ ਹੋਇਆ ਹੋਇਆ, ਇਸ ਤਰ੍ਹਾਂ ਬਾਜੂ ਦੇ ਉੱਪਰ ਲੇਸਿਸ ਦਾ ਕੰਮ ਕੀਤਾ ਹੋਇਆ ਹੈਗਾ। ਬਹੁਤ ਸੋਹਣਾ ਸ਼ੇਡ ਹੈ ਇਹ। ਜਿਹੜਾ ਇਹਦੇ ਨਾਲ ਦੁਪੱਟਾ ਹੈਗਾ ਪਿਓਰ ਚੰਦੇਰੀ ਦਾ ਦੁਪੱਟਾ, ਜਿਵੇਂ ਆਪਾਂ ਚੌਕ ਦੇ ਉੱਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਉਸੇ ਤਰ੍ਹਾਂ ਜਿਹੜੀ ਹੈਗੀ ਆ ਦੁਪੱਟੇ ਦੇ ਉੱਪਰ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਦੀ। ਜਿਹੜਾ ਆਪਣੇ ਕੋਲ ਨੈਕਸਟ ਸੂਟ ਹੈਗਾ ਇਹ ਸ਼ਿਮਰ ਦੇ ਵਿੱਚ ਬਣਿਆ ਹੋਇਆ, ਬੋਟਮ ਹੈ ਜਿਹੜੀ ਇਹਦੀ ਪਾਕਿਸਤਾਨੀ ਸਟਾਈਲ ਆ ਜੂਗੀ। ਇਸ ਤਰ੍ਹਾਂ ਸ਼ਿਮਰ ਸਟੱਫ ਦੇ ਉੱਪਰ ਆ ਗਿਆ, ਸ਼ਰਟ ਦੇ ਵਿੱਚ ਜਿਹੜੀਆਂ ਬੂਟੀਆਂ ਆ ਜਾਣਗੀਆਂ। ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਲੇਸ ਦੀ। ਜਿਹੜਾ ਇਹਦੇ ਨਾਲ ਦੁਪੱਟਾ ਹੈਗਾ ਉਹ ਚਨੌਨ ਦੇ ਵਿੱਚ ਆਏਗਾ, ਸਾਰੇ ਕਲਰਸ ਪਾ ਕੇ ਵਰਕ ਦੇ, ਉਸ ਤੋਂ ਬਾਅਦ ਜਿਹੜਾ ਇਹ ਹੈਗਾ ਦੁਪੱਟਾ ਆਪਣੇ ਡਾਈ ਕਰਵਾਇਆ ਹੋਇਆ ਹੈਗਾ, ਫੋਰ ਸਾਈਡ ਲੇਸ ਲਗਾ ਕੇ ਪੱਲਿਆਂ ਦੇ ਉੱਪਰ ਡਾਈ ਡਾਈ ਕੀਤਾ ਹੋਇਆ ਪੂਰੇ ਦੁਪੱਟੇ ਦੇ ਵਿੱਚ, ਇਸ ਤਰ੍ਹਾਂ ਚੰਡੀਗੜ੍ਹ ਸਟਾਈਲ ਹੈ ਜਿਹੜਾ ਡਾਈ ਕੀਤਾ ਹੋਇਆ ਹੈਗਾ। ਬਹੁਤ ਸੋਹਣਾ ਜਿਹੜਾ ਇਹ ਸੂਟ ਆ ਬਣ ਕੇ ਰੈਡੀ ਹੋਇਆ ਹੈਗਾ। ਜਿਹੜਾ ਆਪਣੇ ਕੋਲ ਨੈਕਸਟ ਸੂਟ ਹੈਗਾ ਇਹ ਵੀ ਆਫ ਵਾਈਟ ਦੇ ਵਿੱਚ ਆ ਗਿਆ, ਇਹਦੇ ਦੀ ਜਿਹੜੀ ਬੋਟਮ ਹੈਗੀ ਪਾਕਿਸਤਾਨੀ ਸਟਾਈਲ ਸਿੰਪਲ ਹੋਏਗੀ। ਸਲੀਵਸ ਇਹਨਾਂ ਦੀਆਂ ਜਿਹੜੀਆਂ ਹਾਫ ਕੀਤੀਆਂ ਹੋਈਆਂ। ਇਸ ਤਰ੍ਹਾਂ ਇਹ ਚੌਕ ਘੇਰੇ ਦੇ ਉੱਪਰ ਕੰਮ ਆ ਗਿਆ, ਨੈੱਕ ਦੇ ਉੱਪਰ ਆਜੂਗਾ ਇਸ ਤਰ੍ਹਾਂ ਦੇ ਨਾਲ। ਇਹ ਵਾਲੀਆਂ ਜਿਹੜੀਆਂ ਨੇ ਬਾਜੂ ਦੇ ਉੱਪਰ ਕੰਮ ਆਜੂਗਾ ਇਸ ਤਰ੍ਹਾਂ ਦੇ ਨਾਲ। ਆਫ ਵਾਈਟ ਬੋਟਮ ਦੇ ਨਾਲ ਇਸ ਤਰ੍ਹਾਂ ਹੋਜੂਗਾ। ਦੁਪੱਟਾ ਜਿਹੜਾ ਇਹਦਾ ਸੁਪਰ ਲੈਂਟ ਦੇ ਵਿੱਚ ਹੋਏਗਾ, ਆਫ ਵਾਈਟ ਔਰਗੈਂਜ਼ਾ ਦੀ ਲੇਸ ਲਗਾ ਕੇ ਬਿਲਕੁਲ ਸੌਫਟ ਦੁਪੱਟਾ ਹੈ ਇਹ ਵਾਲਾ ਸੂਟ ਹੋਊਗਾ। ਅਗਰ ਤੁਸੀਂ ਪ੍ਰਾਈਸ ਪੁੱਛਣਾ ਤਾਂ ਵਟਸਐਪ 'ਤੇ ਮੈਸੇਜ ਕਰ ਸਕਦੇ ਹੋਗੇ।
ਅਗਰ ਤੁਹਾਨੂੰ ਇਹਨਾਂ 'ਚੋਂ ਕੋਈ ਸੂਟ ਪਸੰਦ ਆਉਂਦਾ ਸੇਮ ਰੈਡੀ ਕਰਵਾ ਸਕਦੇ ਹੋ। ਕਲਰ ਚੇਂਜ ਕਰਵਾਉਣਾ ਉਹ ਵੀ ਤੁਹਾਡਾ ਕਲਰ ਵੀ ਹੈ ਜਿਹੜਾ ਚੇਂਜ ਹੋ ਜੂਗਾ। ਜੋ ਆਪਣੇ ਕੋਲ ਨੈਕਸਟ ਸੂਟ ਹੈਗਾ ਇਹ ਕੋਟਨ ਦੇ ਵਿੱਚ ਰੈਡੀ ਹੋਇਆ ਗਾ ਸੂਟ। ਨੀਚੇ ਤੋਂ ਜਿਹੜਾ ਇਹਦਾ ਘੇਰਾ ਹੈਗਾ ਗੋਲ ਰੱਖਿਆ ਹੋਇਆ, ਕੁੜਤਾ ਟਾਈਪ ਇਹ ਹੈਗਾ ਬਾਂਧਨੀ ਦੇ ਵਿੱਚ ਰੈਡੀ ਹੋਇਆ ਗਾ। ਇਹ ਵੀ ਨਿਊ ਡਿਜ਼ਾਇਨਿੰਗ ਹੈ ਬਿਲਕੁਲ ਜਿਹੜੀ ਰੈਡੀ ਹੋਈ ਆ, ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋਗੇ। ਪੂਰਾ ਜਿਹੜਾ ਫੁੱਲੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਗਾ ਇਹਦੇ ਵਿੱਚ, ਮਿਰਰ ਵਰਕ ਕੀਤਾ ਹੋਇਆ, ਦਬਕਾ ਲੱਗਿਆ ਹੋਇਆ ਇਸ ਤਰ੍ਹਾਂ, ਨੈਕ ਦੇ ਨੀਚੇ ਆ ਜੂਗਾ। ਇਹ ਆ ਜਿਹੜੀਆਂ ਮਿਰਰ ਦੀਆਂ ਲਾਈਨਸ ਆ ਜਾਣੀਆਂ ਇਸ ਤਰ੍ਹਾਂ। ਇਹ ਰੈੱਡ ਕਲਰ ਦੀ ਬੋਟਮ ਹੈਗੀ, ਜਿਹੜੀਆਂ ਇਹਦੀਆਂ ਬਾਜੂ ਹੈ, ਬਾਜੂ ਦੇ ਉੱਪਰ ਇਹ ਵਾਲਾ ਵਰਕ ਆ ਜੂਗਾ, ਨੀਚੇ ਇਸ ਤਰ੍ਹਾਂ ਲਾਈਨ ਆ ਜੂਗੀ, ਸ਼ੋਲਡਰ ਦੇ ਉੱਪਰ ਹੈ ਜਿਹੜਾ ਇਹ ਫਲਾਵਰ ਆ ਜੂਗਾ। ਇਹਨਾਂ ਦਾ ਪ੍ਰਾਈਜ਼ ਪੁੱਛਣ ਲਈ ਪਲੀਜ਼ ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰ ਸਕਦੇ ਹੋਗੇ। ਥੋੜ੍ਹਾ ਜਿਹਾ ਜਿਹੜਾ ਆਪਣੇ ਕੋਲ ਨੈਕਸਟ ਸੂਟ ਹੈਗਾ ਉਹ ਵੀ ਹੈਂਡਵਰਕ ਦੇ ਵਿੱਚ ਆ, ਇਹ ਸੂਟ ਤੁਸੀਂ ਪਹਿਲਾਂ ਦੇਖਿਆ ਹੋਏਗਾ। ਇਹ ਵੀ ਕਸਟਮਰ ਦਾ ਜਿਹੜਾ ਹੈਗਾ ਔਡਰ 'ਤੇ ਰੈਡੀ ਹੋਇਆ ਸੇਮ ਕਲਰ ਦੇ ਉੱਪਰ, ਹਲਕਾ ਜਿਹਾ ਲਾਈਟ ਪਿੰਕ ਕਲਰ ਦਾ ਪੈਚ ਲਗਾ ਕੇ ਕੱਟ ਦਾਣਾ ਜਿਹੜਾ ਹੈਗਾ ਵਿੱਚ ਯੂਜ਼ ਕੀਤਾ ਹੋਇਆ ਗਾ। ਪੂਰੀ ਸ਼ਰਟ ਦੇ ਵਿੱਚ ਜਿਹੜੀਆਂ ਲਾਈਨਸ ਆ ਜਾਣੀਆਂ, ਜਿਹੜੀ ਇਹਦੀ ਬਾਜੂ ਹੈਗੀ ਬਾਜੂ ਦੇ ਉੱਪਰ ਵੀ ਪੈਚ ਲਗਾ ਕੇ ਉਸ ਤੋਂ ਬਾਅਦ ਹੈ ਜਿਹੜਾ ਇਹ ਰੈਡੀ ਕੀਤਾ ਹੋਇਆ ਗਾ। ਜਿਹੜਾ ਇਹਦੇ ਨਾਲ ਦੁਪੱਟਾ ਔਰਗੈਂਜ਼ਾ ਦਾ ਦੁਪੱਟਾ, ਇਸ ਤਰ੍ਹਾਂ ਇਹਦੇ ਵਿੱਚ ਲੇਸਿੰਗ ਲੱਗੀ ਹੋਈ ਆ, ਗੋਟੇ ਦੀਆਂ ਲਾਈਨਸ ਪਈਆਂ ਹੋਈਆਂ ਆ। ਤੁਸੀਂ ਅਗਰ ਆਪਣੇ ਚੋਇਸ ਦੇ ਅਕੋਰਡਿੰਗ ਡਿਜ਼ਾਈਨ ਰੈਡੀ ਕਰਵਾਉਣਾ ਉਹ ਵੀ ਹੋ ਜੂਗਾ। ਪਲੀਜ਼ ਮੇਰਾ ਇੰਸਟਾਗ੍ਰਾਮ 'ਤੇ ਪੇਜ ਆ ਉਹਨੂੰ ਵੀ ਜ਼ਰੂਰ ਫੋਲੋ ਕਰਿਓ, ਅੰਦਾਜ਼ ਕ੍ਰੀਏਸ਼ਨਸ 2022 ਦੇ ਨਾਲ। ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਕੇ ਜਾਣਾ, ਚੈਨਲ ਸਬਸਕ੍ਰਾਈਬ ਕਰਕੇ ਜਾਣਾ। ਮਿਲਦੇ ਹੋ ਹੋਰ ਨਵੇਂ ਸੂਟਸ ਦੇ ਨਾਲ। ਥੈਂਕ ਯੂ ਜੀ।